ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੋਟਲੀ ਸਰੂ ਖਾਂ। ਕੋਟਲੀ ਸਰੂ ਖਾਂ ਦੋਸਤੋ ਪਿੰਡ ਬਿਲਕੁਲ, ਜੇਕਰ ਆਪਾਂ ਗੱਲ ਕਰ ਲਈਏ ਤਾਂ ਨਾਗੋਗੇ ਦੇ ਲਾਗੇ ਆ। ਨਾਗੋਗੇ ਦੀ ਦੂਰੀ ਦੋਸਤੋ 3 ਕਿਲੋਮੀਟਰ ਦੀ ਆ। ਤਹਿਸੀਲ ਖੰਡੂਰ ਸਾਹਿਬ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਨੋਰਮਲ ਇੱਕ ਬਿਲਕੁਲ ਘਰੇਲੂ ਘਰ ਦੇ ਵਿੱਚੋਂ ਦੋਸਤੋ ਅੱਜ ਆਪਾਂ ਇਹ ਕਵਰੇਜ ਕਰਦੇ ਪਏ ਹਾਂ। ਪਸ਼ੂ ਤੁਹਾਨੂੰ ਆਪਾਂ 3 ਦਿਖਾ ਦਾਂਗੇ। ਇੱਕ ਝੋਟੀ, ਪਹਿਲਨ ਝੋਟੀ ਆ, ਬਿਲਕੁਲ ਤਾਜ਼ੀ ਸੂਣੀ ਆ, 4 ਦੰਦ, ਠੀਕ ਹੈ, 4 ਦੰਦ ਮੂੰਹੋਂ ਆ। ਇੱਕ ਬਿਲਕੁਲ ਤਾਜ਼ੀ ਸੂਈ ਸਫਾਈ ਸੈਕਿੰਡ ਨੰਬਰ 'ਤੇ ਜਿਹੜੀ ਆਪਾਂ ਝੋਟੀ ਦਿਖਾ ਦਾਂਗੇ, ਠੀਕ ਆ ਜੀ। ਕੋਈ 8-10 ਕੁ ਦਿਨ ਦਾ ਜਿਹੜਾ ਸਮਾਂ ਹੋਇਆ ਉਸ ਝੋਟੀ ਨੂੰ, ਇੱਕ ਕੋਈ 4 ਕੁ ਮਹੀਨੇ ਉੱਚੇ ਬਿਲਕੁਲ ਤੋਕੜ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ। ਬਣੀ ਵੀ ਆ, AI ਹੋਈ ਆ, ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ, ਡਿਟੇਲ ਲੈ ਲਾਂਗੇ ਵੀ ਕਿੰਨੇ ਕੁ ਦਿਨਾਂ ਦੀ ਬਣੀ ਆ, ਠੀਕ ਆ। ਸੋ ਇਹ 3 ਪਸ਼ੂ ਜਿਹੜੇ ਆ ਦੋਸਤੋ ਅੱਜ ਇਸ ਘਰ ਤੋਂ ਆਪਾਂ ਤੁਹਾਨੂੰ ਦਿਖਾਉਣੇ ਆ। ਜੇਕਰ ਜੰਡਿਆਲੇ ਗੁਰੂ ਦੀ ਗੱਲ ਕਰ ਲਈਏ ਤਾਂ 15 ਕੁ ਕਿਲੋਮੀਟਰ ਦੀ ਦੂਰੀ ਆ। ਤਰਨ ਤਾਰਨ ਸਾਹਿਬ ਤੋਂ ਕੋਈ 20 ਕੁ ਕਿਲੋਮੀਟਰ ਦੀ ਦੂਰੀ ਆ ਦੋਸਤੋ ਇਸ ਪਿੰਡ ਦੀ, ਅਤੇ 7 ਕੁ ਕਿਲੋਮੀਟਰ, ਕੋਈ 7 ਤੋਂ 8 ਕਿਲੋਮੀਟਰ ਕੋਈ ਖੰਡੂਰ ਸਾਹਿਬ ਦੀ ਦੂਰੀ ਹੈਗੀ ਆ, ਠੀਕ ਹੈ ਜੀ। ਨਾਗੋਗੇ ਥੋੜ੍ਹੀ ਦੂਰੀ ਆ, ਕੋਈ 3 ਕੁ ਕਿਲੋਮੀਟਰ ਬਿਲਕੁਲ ਨਾਲ ਰਹਿ ਜਾਂਦਾ, ਅਤੇ ਮੀਆਂ ਪਿੰਡ ਆ ਗਿਆ ਨਾਲ, ਠੀਕ ਹੈ ਜੀ। ਇਸੇ ਤਰ੍ਹਾਂ ਜਿਹੜੇ ਦੋਸਤੋ ਬਿਲਕੁਲ ਇਹ ਪਿੰਡ ਆ, ਇਹ ਕਸਬੇ ਸ਼ਹਿਰ ਆ, ਥੋੜ੍ਹੀ ਥੋੜ੍ਹੀ ਦੂਰੀ 'ਤੇ ਆ। ਆ ਜਾਓ ਕਰਦੇ ਹਾਂ ਗੱਲਬਾਤ ਵੀਰ ਹੋਰਾਂ ਦੇ ਨਾਲ। ਅਤੇ ਅੱਜ ਦੋਸਤੋ 2 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਹਾਂ। ਮੋਰਨਿੰਗ ਟਾਈਮ ਆ, ਸੁਬਹਾ ਕੋਈ 8:30-9 ਵਜੇ ਦਾ ਜਿਹੜਾ ਸਮਾਂ ਹੈਗਾ। ਸਭ ਤੋਂ ਪਹਿਲਾਂ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਠੀਕ ਠਾਕ ਹੋ ਜੀ? ਬਿਲਕੁਲ ਜੀ, ਠੀਕ ਠਾਕ, ਚੜ੍ਹਦੀ ਕਲਾ। ਇੱਕ ਵੀਰ ਜੀ, ਆਪਣਾ ਨਾਮ ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਦੱਸ ਦਿਓ ਜੀ। ਨਾਮ ਮੇਰਾ ਜੀ ਕਰਮਜੀਤ ਸਿੰਘ ਆ। ਹਾਂਜੀ। ਪਿੰਡ ਕੋਟਲੀ ਸਰੂਖਾਂ, ਹਾਂਜੀ, ਜ਼ਿਲ੍ਹਾ ਤਰਨ ਤਾਰਨ, ਤਹਿਸੀਲ ਖਡੂਰ ਸਾਹਿਬ। ਠੀਕ ਹੈ ਜੀ। ਅਤੇ ਅੱਛਾ ਵੀਰ, ਪਸ਼ੂ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕਰਤਾ ਵੀ ਆਪਣੇ ਘਰ ਦੇ ਪਸ਼ੂ ਆ। ਹਾਂਜੀ। ਅਤੇ ਅੱਜ ਉਹਨਾਂ ਘਰ ਦੇ ਪਸ਼ੂਆਂ ਦੇ ਵਿੱਚੋਂ ਆਪਾਂ 3 ਜਿਹੜੇ ਅੱਜ ਇਹ ਵੇਚ ਰਹੇ ਹਾਂ। ਹਾਂਜੀ। ਇੱਕ ਉੱਚੇ ਬੱਚੇ ਵਾਲੇ, ਬਾਕੀ 2 ਪਸ਼ੂ ਤਾਂ ਬਿਲਕੁਲ ਤਾਜ਼ੇ, ਇੱਕ ਨੇ ਸੂਣਾ ਅਤੇ ਇੱਕ ਸੂਈ ਆ। ਹਾਂਜੀ ਹਾਂਜੀ, ਠੀਕ ਆ। ਅਤੇ ਪਹਿਲੇ ਨੰਬਰ ਤੋਂ ਵੀਰ ਜੀ ਬੇਸ਼ੱਕ ਇਸ ਤੋਕੜ ਤੋਂ ਹੀ ਆਪਾਂ ਸਟਾਰਟ ਕਰ ਲਈਏ, ਉਸ ਤੋਂ ਬਾਅਦ ਬਿਲਕੁਲ ਸੱਜਣਾਂ ਦੀ ਆਪਾਂ ਗੱਲਬਾਤ ਕਰ ਲਾਂਗੇ। ਠੀਕ। ਪਹਿਲੇ ਨੰਬਰ ਤੋਂ ਵੀਰ ਜੀ ਇਹ ਡਿਟੇਲ ਦੇ ਦਿਓ ਵੀ ਇਹ ਝੋਟੀ ਜਿਹੜੀ ਆ ਨੀਲੀ ਦੇ ਵਿੱਚ ਪੈਂਦੀ ਆ। ਹਾਂਜੀ। ਪੂਛ ਉੱਪਰ ਤੱਕ ਵਾਈਟ ਆ, ਬਾਕੀ ਮਾਰਕਿੰਗ ਜਿੱਦਾਂ ਆਪਾਂ ਭੈਣ ਭਰਾਵਾਂ ਵੀਰਾਂ ਨੂੰ ਨੋਟ ਕਰਾ ਦਈਏ, 4 ਪੈਰਾਂ ਤੇ ਜਵਾਬ ਆ। ਹਾਂਜੀ। ਅੱਖ ਬਿੱਲੀ ਮਣਕੀ ਆ ਦੋਸਤੋ, ਮੱਥੇ 'ਚ ਬਲ। ਹਾਂਜੀ। ਤੇ ਆਹ ਤੁਸੀਂ ਵੇਖ ਸਕਦੇ ਹੋ, ਠੀਕ ਆ, ਆਹ ਦੇਖਿਓ, ਆਹ ਕਰੋ ਚੈੱਕ, ਠੀਕ ਹੈ ਜੀ। ਬੱਗੀ ਨਾਸ ਆ ਇੱਕ ਪਾਸੇ, ਅਤੇ ਸਿੰਘ ਬਿਲਕੁਲ ਛੋਟਾ ਜਿਹਾ ਸਿੰਘ ਬੈਕ ਸਾਈਡ ਤੋਂ ਜਿਹੜਾ ਮੁੜਿਆ। ਅੱਛਾ ਵੀਰ, ਕਰਮਜੀਤ ਵੀਰ, ਇਹਦੀ ਡਿਟੇਲ ਕੀ ਆ, ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਸੂਈ ਨੂੰ? ਇਹਨੂੰ ਜੀ 4 ਮਹੀਨੇ ਹੋ ਗਏ ਸੂਈ ਨੂੰ। 4 ਮਹੀਨੇ। ਅਤੇ 5-6 ਕਿਲੋ ਦੁੱਧ ਹੋਊਗਾ ਥੱਲੇ ਜੀ, ਅਤੇ ਮਹੀਨਾ ਹੋ ਗਿਆ ਬਣੀ ਨੂੰ ਇਹਨੂੰ। ਮਹੀਨਾ ਬਣੀ? ਹਾਂਜੀ। ਇਹ ਸੂਆ ਪਹਿਲੇ ਨਹੀਂ ਸੂਈ ਝੋਟੀ? ਪਹਿਲੇ ਸੂਏ, ਦੂਜੇ ਵਾਸਤੇ ਗੱਭਣ? ਦੂਜੇ ਵਾਸਤੇ ਗੱਭਣ ਆ। ਹਾਂਜੀ। 1 ਮਹੀਨੇ ਦੀ ਗੱਭ, 1 ਮਹੀਨੇ ਦੀ, ਮਤਲਬ ਕਿ AI ਹੋਈ ਆ? ਹਾਂ, ਮਾਲੀ ਤੋਂ ਕਰਵਾਈ ਆ ਜਾਂ AI ਹੋਈ ਆ? ਨਹੀਂ, AI ਹੋਈ ਆ ਜੀ, ਹਰੀ ਕਾਲੇ ਡਾਇਮੰਡ ਦੀ ਆ। ਡਾਇਮੰਡ ਦੀ? ਹਾਂਜੀ, ਗੱਭਣ ਹਰੀ ਕੇ ਪੱਤਨ ਦੋਸਤੋ, ਡਾਇਮੰਡ ਨੀਲੀ ਰਾਵੀ ਬੁੱਲ ਜਿਹੜਾ ਹੈਗਾ, ਠੀਕ ਆ ਜੀ, ਅਤੇ ਡਾਕਟਰ ਸਾਹਿਬ ਉਹਨਾਂ ਕੋਲ ਉਸ ਮਾਲੀ ਦੀ ਜਿਹੜੀ ਦੋਸਤੋ ਅੱਗੇ ਗੱਭ ਆ, ਠੀਕ ਆ। 1 ਮਹੀਨੇ ਦੀ ਜਿਹੜੀ ਆ ਦੋਸਤੋ AI ਹੋਈ ਆ, ਇਸ ਕਰਕੇ ਚੈੱਕ ਪਾਸ ਵਿੱਚ ਬੇਸ਼ੱਕ ਨਹੀਂ ਆਉਂਦੀ, ਪਰ ਹੋ ਸਕਦਾ ਵੀ ਕਿਸੇ ਵੀਰ ਦੀ ਕਿਸਮਤ ਲੱਕ ਹੋਵੇ ਜੇ ਨਿਕਲ ਆਉਂਦੀ ਆ, ਉਹ ਜਿਹੜੀ ਦੋਸਤੋ ਅੱਗੇ ਵਾਧੇ ਬੰਦੀ ਗੱਲ ਆ। ਝੋਟੀ ਬਿਲਕੁਲ ਨਵੀਂ ਆ। ਹਾਂਜੀ, ਖੋਲੀਏ? ਹਾਂ, ਖੋਲ ਲਓ ਵੀਰ ਜੀ, ਲਿਓ ਅਤੇ ਆ ਜਾਓ ਬਾਹਰ, ਇੱਧਰ ਕੱਢ ਦਈਏ ਝੋਟੀ ਦੋਸਤੋ, ਬਿਲਕੁਲ ਤਸੱਲੀ ਨਾਲ ਦਿਖਾ ਦਿੰਦੇ ਹਾਂ। ਅਤੇ ਇਹਦੇ ਥੱਲੇ ਵੀਰ ਜੀ ਹੁਣ ਦੁੱਧ ਜਿਹੜਾ ਆਪਾਂ ਮਤਲਬ ਕਿੰਨਾ ਕੁ ਚਵਾ ਦਾਂਗੇ? ਦੁੱਧ 5-5.5 ਕਿਲੋ ਹੋਊਗਾ ਜੀ। ਲਓ ਜੀ, 5-5.5 ਕਿਲੋ ਦੋਸਤੋ ਦੁੱਧ, ਕੋਈ 4 ਕੁ ਮਹੀਨੇ ਦਾ ਜਾਂ 4.5-5 ਦਾ, ਕਿਉਂਕਿ ਤੋਕੜ ਦਾ ਪਸ਼ੂ ਦਾ ਇੱਕ ਐਸਟੀਮੇਟ ਹੀ ਹੁੰਦਾ 4 ਮਹੀਨੇ, ਕੋਈ ਵੀਰ ਸਮਝ ਲਏ, ਕੋਈ 5 ਸਮਝ ਲਏ, ਕੋਈ 4.5 ਸਮਝ ਲਏ, ਠੀਕ ਆ। ਹਾਈਟ ਕਾਹਦੇ ਦੀ ਤੁਸੀਂ ਆਪ ਦੇਖ ਲਓ, ਇੱਕ ਪਾਸਿਓਂ ਸਿੰਘ ਦਾ ਖੋਲ ਦੱਥਾ ਜੀ। ਹਾਂਜੀ, ਖੋਲ ਦੱਥਾ ਜੀ, ਇੱਕ ਪਾਸਿਓਂ ਸਿੰਘ ਦਾ ਖੋਲ ਦੱਥਾ, ਠੀਕ ਆ ਜੀ। ਬਾਕੀ ਝੋਟੀ ਸਾਫ਼ ਸੁਥਰੀ ਆ, ਥਣ ਥੁਣ ਜੱਡਾ ਤੁਹਾਨੂੰ ਬਿਲਕੁਲ ਤਸੱਲੀ ਨਾਲ ਦਿਖਾ ਦਿੰਦੇ ਹਾਂ। 5-5.5 ਕਿਲੋ ਦੁੱਧ ਜਿਹੜਾ ਦੋਸਤੋ ਹਾਜ਼ਰ ਆ। ਅੱਗੇ ਨੀਲੀ ਰਾਵੀ ਤੋਂ ਗੱਭਣ ਆ, ਕੋਈ ਸਟਰਾਹ ਵਗੈਰਾ ਵੀਰ ਕਰਮਜੀਤ ਹੁੰਦੀ ਪਈ ਆਪਣੇ ਕੋਲ? ਸਟਰਾਹ ਪਏ ਜੀ ਆਪਣੇ ਕੋਲ, ਠੀਕ ਆ ਜੀ। ਸਟਰਾਹ ਜਿਹੜੀ ਆ ਦੋਸਤੋ ਅਵੇਲੇਬਲ ਆ, ਠੀਕ ਆ, ਸਟਰਾਹ ਮਿਲ ਜੂਗੀ ਜਿਸ ਵੀਰ ਨੇ ਖਰੀਦਣੀ ਆ ਸਟਰਾਹ। ਤੁਸੀਂ
ਜਿਸ ਬੁੱਲ ਦੀ ਡਾਇਮੰਡ ਦੀ ਦੱਸੀ ਆ ਉਹ ਵੈਰੀਫਾਈ ਕਰ ਸਕਦੇ ਜੀ, ਠੀਕ ਆ। ਉਹ ਸਟਰਾ ਵੀਰ ਹੋਰਾਂ ਦੇ ਕੋਲ ਅਵੇਲੇਬਲ ਆ, ਠੀਕ ਆ। ਬਾਕੀ ਬਿਲਕੁਲ ਇੱਕ ਸਾਰ ਪੱਧਰ ਲੇਵਾ ਅਤੇ 5-5.5 ਕਿਲੋ ਬਿਲਕੁਲ ਤਾਰਾਂ ਮੌਜੂਦ ਨੇ। ਕੋਈ ਵੀਰ ਦੋ ਡੰਗ ਚਵਾਈ ਕਰ ਲਏ, ਕੋਈ ਤਿੰਨ ਟਾਈਮ ਚਵਾਈ ਕਰ ਲਏ, ਠੀਕ ਆ। ਅਤੇ ਆਹ ਵੇਖੋ ਜੀ, ਅੱਛਾ ਵੀਰ ਕਰਮਜੀਤ, ਚਵਾਈ ਦਾ ਜ਼ਰੂਰ ਦੱਸ ਦਿਓ ਵੀ ਚੌਂ ਥਣਾਂ ਦੀ ਕੋਈ ਭੂਰ ਛੱਟਾ ਕਿਸੇ ਪਾਸਿਓਂ ਕੋਈ ਨਹੀਂ ਜੀ, ਬਿਲਕੁਲ ਐਂ ਪੁੱਲੀ ਧਾਰ ਆ, ਇੱਕ ਨੰਬਰ ਹੀ ਆ, ਬਿਲਕੁਲ ਇੱਕ ਨੰਬਰ ਚਵਾਈ ਆ ਜੀ, ਠੀਕ ਆ। ਅਤੇ ਮੁੱਲਿਆਂ ਦਾ ਕੀ ਰਹੂਗਾ ਲੈਣ ਦੇਣ ਵਾਲੀ ਗੱਲ? ਮੁੱਲ ਲੈਣ ਦੇਣ ਵਾਲੀ ਕਰਨੀ ਅੱਜ ਆਪਾਂ ਜੀ ਸਾਰਿਆਂ ਦੇ, ਹਾਂਜੀ। ਮੁੱਲ 45,000 ਕਰਦੇ ਹਾਂ, 42 ਦੀ ਦੇ ਦਿਆਂਗੇ। 42 ਦੀ, ਹਾਂਜੀ। ਲਓ ਵੀ ਦੋਸਤੋ, ਹਾਂਜੀ, ਉਹ 'ਚੋਂ ਵੀ ਕੋਈ ਕਿਰਾਇਆ ਭਾੜਾ ਛੱਡ ਦਾਂਗੇ, 42,000-2,000, ਠੀਕ ਹੈ ਜੀ, ਹਾਂਜੀ। ਲਓ ਵੀ ਦੋਸਤੋ, 42,000 ਦੇ ਵਿੱਚੋਂ ਵੀ ਵੀਰਾਂ ਦਾ ਵੀ ਕੋਈ ਕਿਰਾਇਆ ਭਾੜਾ ਉਹ ਵੀ ਛੱਡ ਦਾਂਗੇ, ਠੀਕ ਆ। 45,000 ਡਿਮਾਂਡ ਕੀਤੀ ਆ, ਝੋਟੀ ਸਾਫ਼ ਸੁਥਰੀ ਆ। ਨੋਰਮਲੀ ਆਪਾਂ ਅਕਸਰ ਝੋਟੀਆਂ ਵੇਖਦੇ ਹਾਂ ਦੋਸਤੋ, 42-45, 45-45 ਦੀਆਂ ਨੋਰਮਲੀ ਉਹੀ ਵੇਖਦੀਆਂ ਨੇ। ਪਰ ਇੱਥੇ 5-4 ਕਿਲੋ ਚਾਹ ਪਾਣੀ ਨਹੀਂ, ਮੈਂ ਕਹੂੰਗਾ ਵੀ ਚਾਹ ਪਾਣੀ ਇੱਕ 10 ਕਿਲੋ ਗਾਂ ਦਾ ਦੁੱਧ ਲੈ ਲਈਏ ਅਤੇ 5-4 ਕਿਲੋ ਮੱਝ ਦਾ ਲੈ ਲਈਏ, ਇੱਕ ਬਰਾਬਰ ਆ। ਬਾਕੀ ਦੁੱਧ ਵੀ ਚੰਗਾ ਸਾਫ਼ ਸੁਥਰਾ ਵਧੀਆ, ਅਤੇ ਫੈਟ ਫੂਟ ਚੰਗੀ ਆਉਂਦੀ ਸੀ? ਹਾਂਜੀ, ਫੈਟ ਵਧੀਆ ਜੀ, ਠੀਕ ਆ। ਬਾਕੀ ਚਵਾਈ ਕਿਸੇ ਪਾਸੇ ਘੱਟ ਵੱਧ ਨਹੀਂ? ਬਿਲਕੁਲ ਪੋਲੀ ਜੀ, ਕੋਈ ਧਾਰ ਦਾ ਫਰਕ ਨਹੀਂ ਗਾ, ਠੀਕ ਹੈ ਜੀ। ਪੋਲੀ ਚਵਾਈ ਲਓ ਵੀ ਦੋਸਤੋ, ਪੋਲੀ ਚਵਾਈ ਆ, ਕੋਈ ਧਾਰ ਦਾ ਵੱਧ ਘੱਟ ਫਰਕ ਨਹੀਂ ਹੈਗਾ। ਅਤੇ 45 ਚੋਂ ਮਾਨਤਾਨ ਹੋ ਜੂਗਾ ਦੋਸਤੋ, 42,000 ਦੀ ਲੈ ਦੇ ਆ। ਝੋਟੀ ਚੰਗੀ ਆ, ਸਾਫ਼ ਸੁਥਰੀ ਆ, ਗੱਬਣ ਨਿਕਲ ਆਉਂਦੀ ਆ ਅਤੇ ਸੋਨੇ ਅਤੇ ਸੁਹਾਗਾ, ਠੀਕ ਆ ਜੀ। ਕੋਈ ਵੀਰ ਚੰਗੀ ਸਾਂਭ ਸੰਭਾਲ ਕਰ ਲੂਗਾ ਅਤੇ ਪੂਰੀ ਰਾਜੀ ਝੋਟੀ ਬਣਾ ਲੂਗਾ, ਵੈਸੇ ਹੁਣ ਵੀ ਪੂਰੀ ਨਿੱਗਰ ਆ, ਠੀਕ ਆ। ਇਸ ਤੋਂ ਬਾਅਦ ਸੈਕਿੰਡ ਨੰਬਰ 'ਤੇ ਜਿਹੜੀ ਆਹ ਝੋਟੀ ਆ ਗਈ ਵੀਰ, ਇਹ ਸੂਆ ਪਹਿਲਾਂ ਹੀ ਆ? ਪਹਿਲਾ ਸੂਆ ਜੀ, ਮੂੰਹੋਂ 4 ਦੰਦ, ਮੂੰਹ ਚੌਕੀ ਆ ਜੀ, ਹਾਂਜੀ। ਇਹ ਵੀ ਆਪਣੇ ਘਰ ਦੀ ਉਹ ਝੋਟੀ ਆ? ਹਾਂਜੀ, ਇਹ ਘਰ ਦੀ, ਮਤਲਬ ਮੱਝ ਲਈ ਸੀ, ਉਹਦੇ ਮਗਰ ਆਈ ਸੀ, 1470-10 ਦੀ ਦੱਸਿਆ ਸੀ ਉਹਨਾਂ ਨੇ, ਇਹ ਆਪ 1470-10 ਦੀ ਦੱਸੀ। ਆਹ ਜਿਹੜੀ ਪੂਛ ਜ਼ਿਆਦਾ ਵਾਈਟ ਦੀ ਇਹ ਜੀ ਨਾ, ਪਿੱਛੇ ਗਿੱਲੇ ਥਾਂ 'ਚ ਪਈ ਕਰਕੇ ਰਹਿਣ ਕਰਕੇ ਤੇ ਉੱਥੋਂ ਮਾਸ ਲੱਥ ਗਿਆ, ਉਦਾਂ ਇੰਨੀ ਪੂਛ ਚਿੱਟੀ ਆ ਜੀ, 4 ਇੰਚੀ ਆ ਸਾਰੀ, ਹਾਂਜੀ ਇੰਨੀ ਚਿੱਟੀ ਆ। ਲਓ ਵੀ ਦੋਸਤੋ, ਵੈਸੇ ਵੀ ਇਹਨਾਂ ਦਾ ਵੀ ਇੰਨੀ ਕਿ ਚਿੱਟੀ ਆ, ਤੇ ਸੀਲ ਠੰਡੀ ਇੰਨੀ ਆ ਜੀ, ਆਹ ਵੇਖੋ ਹੁਣੇ ਭਾਵੇਂ ਬਹਿ ਜਾ ਥੱਲੇ, ਆਹ ਦੇਖੋ ਜੀ, ਜਿੰਨਾ ਚਿਰ ਆਹ ਦੋ ਥਣ ਕੱਲ ਕੱਟੀ ਚੁੰਘ ਗਈ ਜੀ ਇੱਕ ਹੱਡੀ ਆ, ਇਹਦੇ ਲਾਗੇ ਵੱਜੀ ਸੀ, ਆਹ ਦੋ ਥਣ ਆ ਚੁੰਘ ਗਈ ਆ ਕੱਲ, ਠੰਡੀ ਆ ਵੀ ਇਹਨੇ ਵੀ ਕੁਛ ਪਾਸੇ ਹਿੱਲੀ ਨਹੀਂ ਹੋਣੀ, ਕੋਈ ਗੱਲ ਨਹੀਂ ਜਿੱਦਾਂ ਮਰਜ਼ੀ। ਬਾਕੀ ਲੇਵਟੀ ਜਿਹੜੀ ਆ ਦੋਸਤੋ, ਬਿਲਕੁਲ ਬਣਾ ਕੇ ਤਿਆਰ ਕੀਤੀ ਅੱਜ ਦੇ ਸਮੇਂ, ਉਹ ਬਿਲਕੁਲ ਤੁਹਾਡੇ ਸਾਹਮਣੇ ਆ। ਖੋਲ੍ਹ ਕੇ ਆਪਾਂ ਤੁਹਾਨੂੰ ਇਹ ਵੀ ਤਸੱਲੀ ਨਾਲ ਝੋਟੀ ਦਿਖਾ ਦਿੰਦੇ ਹਾਂ। ਸਿੰਗੀ ਸੁੰਗੀ ਬਹੁਤ ਛੋਟੀ, ਬਰੀਕ ਅਤੇ ਛੋਟਾ ਜਿਹਾ ਸਿੰਗ ਆ ਇਸ ਝੋਟੀ ਦਾ, 4 ਦੰਦ ਦੇ ਮੂੰਹ ਖਾ ਦਿਓ ਭਾਵੇਂ। ਲਿਓ ਜੀ ਮੂੰਹੋਂ 4 ਦੰਦ ਆ, ਠੀਕ ਆ ਜੀ। ਝੋਟੀ ਪਹਿਲਾਂ ਇਹ ਸੋਹਣੀ ਆ, ਠੀਕ ਆ। ਅਤੇ ਮੋਹਰਾ ਦੇ ਵਿੱਚ ਆ 1470-10 ਦੀ, ਵੀਰ ਦੱਸ ਰਿਹਾ ਵੀ 1470-10 ਦੀ ਜਿਹੜੀ ਆ ਇਨਸੀਮੀਨੇਸ਼ਨ ਜਿਹੜੀ ਆ ਦੋਸਤੋ, AI ਕਰਵਾਈ ਗਈ ਸੀਗੀ। ਅਤੇ ਆਹ ਦੇਖੋ ਫੇਸ ਕੁਆਲਿਟੀ, ਠੀਕ ਆ ਜੀ, ਬਿਲਕੁਲ ਛੋਟਾ ਜਿਹਾ ਸਿੰਗ। ਅਤੇ ਮੱਥਾ ਮੁੱਥਾ ਤੁਸੀਂ ਵੇਖ ਲਓ, ਬਿਲਕੁਲ ਕਿਸੇ ਪਾਸਿਓਂ ਕਹਿਣਾ ਹੁੰਦਾ ਵੀ ਦੋਸਤੋ ਵਾਈਟ ਵਾਲ, ਠੀਕ ਆ, ਕਿਸੇ ਪਾਸਿਓਂ ਵਾਈਟ ਵਾਲ ਮੱਥੇ 'ਚ ਨਹੀਂ ਹੈਗਾ। ਪੂਛ ਵੀ ਜਿਹੜੀ ਆ ਕੋਈ 4 ਇੰਚ ਜਿਹੜੀ ਪਿੱਛੋਂ ਵਾਈਟ ਆ, ਠੀਕ ਆ। ਆਹ ਦੇਖੋ ਹਾਈਟ ਕੱਦ ਦੀ ਵੀ ਸੋਹਣੀ ਆ, ਠੀਕ ਆ ਜੀ, ਹਾਈਟ ਕੱਦ ਦੀ ਸੋਹਣੀ ਆ, ਉੱਚੀ। ਦੂਸਰੇ ਸੂਏ ਬਣੂਗੇ ਜੀ, ਬਿਲਕੁਲ ਕੱਦ ਕਰੂਗੀ। ਨੋਰਮਲੀ ਇੱਕ ਆਪਾਂ ਦੇਖਦੇ ਹਾਂ ਦੋਸਤੋ, ਪਸ਼ੂ ਪਹਿਲੇ ਸੂਬੇ ਅਤੇ ਗਾਂ ਦੂਜੇ ਸੂਬੇ ਜਾਂਦੇ ਆ ਜਾਂ ਤੀਜੇ ਸੂਬੇ ਜਾਂਦੇ ਆ, ਪਸ਼ੂ ਪੂਰਾ ਭਰਦਾ, ਠੀਕ ਆ ਜੀ। ਫੁੱਲ ਬੜਾ ਫੁੱਲ ਜਿਹੜਾ ਦੋਸਤੋ ਬਣੀ ਜਾਣਾ ਪਸ਼ੂ ਨੇ, ਜਿੰਨਾ ਚਿਰ ਤੱਕ ਜਵਾਨ ਨਹੀਂ ਹੁੰਦਾ। ਇਹ ਝੋਟੀ ਬਿਲਕੁਲ 4 ਦੰਦਾਂ ਮੂੰਹੋਂ, ਠੀਕ ਆ ਜੀ, ਚੌਗੀ ਆ। ਬਾਕੀ ਆਹ ਆਰਡਰ ਕੁਆਲਿਟੀ ਜੇ, ਥਣ ਥੁਣ ਪੂਰਾ ਸੋਹਣਾ, ਨਖੇੜ ਦੇ ਵਿੱਚ ਕਾਫੀ ਸੋਹਣਾ ਥਣ, ਮੁੱਠੀ ਥਣ ਆ, ਠੀਕ ਆ ਜੀ। ਐਂ ਵੇਖੋ ਸੀਲ ਠੰਡੀ ਜਿੰਦਾ ਮਰਜ਼ੀ ਮਗਰ ਪਈ ਜਾ ਥੱਲੇ, ਕੋਈ ਗੱਲ ਹੀ ਨਹੀਂ। ਬਾਕੀ ਸਭ ਤੋਂ ਵੱਡੀ ਗੱਲ ਵੀ ਠੰਡੀ ਧੀਰੀ ਬਹੁਤ ਜ਼ਿਆਦੀ ਆ, ਜਿਹੜੇ ਬੰਦੇ ਮਰਜ਼ੀ ਪਹਿਲਾਂ ਨਹੀਂ ਤੇ ਛੜਾ ਮਾਰਦੀਆਂ, ਕੋਈ ਗੱਲ ਹੀ ਨਹੀਂ, ਜਿੱਦਾਂ ਮਰਜ਼ੀ ਇਧਰ ਦੀ ਮਰਜ਼ੀ ਖਿੱਚੀ ਜਾਓ ਥਣ। ਆਹ ਲਓ ਜੀ, ਠੀਕ ਆ, ਬਹੁਤ ਵਧੀਆ ਲਾਜਵਾਬ, ਠੀਕ ਆ। ਅੱਛਾ ਵੀਰ ਕਰਮ ਜੀ, ਤੇ ਇਹਦਾ ਮੁੱਲ ਕੀ ਫਿਰ ਰਹੂਗਾ, ਕੀ ਝੋਟੀ ਦਾ ਲੈਣ ਦੇਣ ਕੀ ਕਰਦੇ ਆ? ਮੁੱਲ ਇਹੋ ਜਿਹੀਆਂ ਝੋਟੀਆਂ ਦਾ ਤਾਂ ਲੋਕ ਅਸੀਂ 90-90 ਕਰੀ ਜਾਂਦੇ, ਪਰ ਆਪਾਂ ਨੇ ਇੰਨਾ ਕਰਨਾ, ਹਾਂਜੀ, ਆਪਾਂ 75,000 ਡਿਮਾਂਡ ਕਰਦੇ ਹਾਂ, ਹਾਂਜੀ, ਅਤੇ 72,000 ਦੀ ਦੇ ਦੇਵਾਂਗੇ।
72 ਦੀ ਹਾਂਜੀ ਲਓ ਵੀ ਦੋਸਤੋ 75,000 ਕਿਰਾਇਆ ਭਾੜਾ ਛੱਡ ਦਾਂਗੇ 1,000-2,000 ਠੀਕ ਹੈ ਜੀ 75,000 ਵੀ ਇਹਨਾਂ ਦਾ ਵੀ ਡਿਮਾਂਡ ਆ ਵੀ 72,000 ਦੀ ਹਾਂ ਨਾ ਜਿਹੜੀ ਹੋ ਜੂਗੀ ਠੀਕ ਆ ਬਾਕੀ ਇਹ ਸਾਹਮਣੇ ਤੁਹਾਡੇ ਝੋਟੀ ਆ ਠੀਕ ਆ ਹਾਈਟ ਕੱਦ ਦੀ ਸੋਹਣੀ ਆ ਆਰਡਰ ਕੁਆਲਿਟੀ ਤੁਸੀਂ ਵੇਖ ਲਈ ਆ ਥਣ ਥੁਣ ਪੂਰਾ ਮੁੱਠੀ ਆ ਠੀਕ ਆ ਕੋਈ ਛੋਟਾ ਜਿਹਾ ਥਣ ਨਹੀਂ ਗਾ ਮੁੱਠੀ ਥਣ ਆ ਪੂਰਾ ਐਨ ਤਸੱਲੀ ਨਾਲ ਦੇਖ ਲਓ ਮੇਰਾ ਵੀਰ ਇੱਕ ਵਾਰੀ ਦੋ ਵਾਰੀ ਵੀਡੀਓ ਅੱਗੇ ਪਿੱਛੇ ਕਰਕੇ ਸਿੰਗੀ ਸੁੰਗੀ ਫੇਸ ਕੁਆਲਿਟੀ ਹਰ ਇੱਕ ਪਾਸਿਓਂ ਆਹ ਵੇਖੋ ਜੀ ਠੀਕ ਆ ਅਤੇ ਚੰਗੀ ਝੋਟੀ ਆ ਨਵੀਂ ਬਿਲਕੁਲ ਝੋਟੀ ਆ ਠੀਕ ਆ ਜੀ ਦੂਜੇ ਸੂਬੇ ਜਾਂਦੇ ਆ ਦੋਸਤੋ ਪਸ਼ੂ ਪੂਰਾ ਜਿਹੜਾ ਬਣਦਾ ਫਿਲਹਾਲ ਆਹ ਤੁਸੀਂ ਆਪ ਵੇਖ ਸਕਦੇ ਜੇ ਵਾਰ ਵਾਰ ਜਿਹੜੀ ਆ ਦੱਸੋ ਟਰਾਈ ਆਪਾਂ ਕਰਦੇ ਪਏ ਬਿਲਕੁਲ ਠੰਡੀ ਧੀਰੀ ਆ ਕਿਸੇ ਪਾਸਿਓਂ ਵੀ ਵੀਰ ਕੋਈ ਕਿੰਤੂ ਪਰੰਤੂ 'ਚ ਨਾ ਰਹੇ ਠੀਕ ਆ ਦੋ ਵਾਰੀ ਵੇਖ ਲਿਓ ਤਿੰਨ ਵਾਰੀ ਵੇਖ ਲਿਓ ਰੇਟ 72,000 ਹਾਂ ਨਾ ਲੈ ਦੇ ਇਸ ਤੋਂ ਬਾਅਦ ਇੱਕ ਤੀਸਰੇ ਨੰਬਰ 'ਤੇ ਜਿਹੜੀ ਵੀਰ ਆਪਣੇ ਕੋਲ ਆਹ ਮੱਝ ਆ ਗਈ ਆ ਇਹ ਤੀਜੇ ਸੂਏ ਸੂਈ ਆ ਜੀ ਤੀਜਾ ਸੂਆ ਦੋਸਤੋ ਸੂਈ ਆ ਹਾਂਜੀ ਮੱਝ ਦੀ ਹਾਈਟ ਕੱਦ ਤੁਸੀਂ ਵੇਖ ਕੇ ਆਪ ਹੀ ਜੱਜਮੈਂਟ ਕਰ ਲਓ ਵੀ ਫੁੱਲ ਵੱਡੀ ਹਾਈਟ ਆ ਆਹ ਦੇਖੋ ਵੀਰ ਕੋਲੇ ਖੜਾ ਬਿਲਕੁਲ ਤੇ ਤੁਸੀਂ ਜੱਜਮੈਂਟ ਕਰ ਲਿਓ ਠੀਕ ਆ ਇਹ 8 ਦਿਨਾਂ ਦੀ ਸੂਈ ਆ ਜੀ 8 ਦਿਨਾਂ ਦੀ ਹਾਂਜੀ ਤੇ ਮਗਰ ਬੱਚਾ ਇਹਦੇ ਵੀਰ ਕੀ ਆ ਬੱਚਾ ਮਗਰ ਕੱਟਾ ਜੀ ਸਿਕੰਦਰ ਦਾ ਲਕਸ਼ਮੀ ਡੇਰੀ ਫਾਰਮ ਆ ਸਿਕੰਦਰ ਦਾ ਮਗਰ ਕੱਟਾ ਗਿਆ ਜੀ ਹਾਂਜੀ ਸਰੀਰ ਸੀਮਾ ਸਟਰਾ ਵੀ ਆਪਣੇ ਕੋਲ ਪਏ ਆ ਠੀਕ ਹੈ ਜੀ ਹਾਂਜੀ ਪਸ਼ੂ ਦੋਸਤੋ ਜਿੰਨੇ ਵੀ ਤੁਸੀਂ ਵੇਖੋਗੇ ਮੋਰਾ ਦੇ ਵਿੱਚ ਸਟਾਰਟਿੰਗ ਇਥੋਂ ਹੈਗੀ ਆ ਮੋਰਾ ਦੇ ਵਿੱਚ ਆ ਮੋਰਾ ਦੀਆਂ ਦੋ ਨੀਲੀ ਰਾਵੀ ਦੀ ਬਾਕੀ ਆਪਣੇ ਕੋਲ ਸਾਰੀਆਂ ਮੋਰਾ ਦੀਆਂ ਸਾਰੀਆਂ ਮੋਰਾ ਦੀਆਂ ਨੇ ਉਹਨਾਂ ਦੇ ਵਿੱਚੋਂ ਚੰਗੇ ਚੰਗੇ ਸੀਮਨ ਜਿਹੜੇ ਆ ਦੋਸਤੋ ਉਹ ਵੀ ਰਖਵਾ ਕੇ ਚੰਗੇ ਚੰਗੇ ਸੀਮਨਾਂ ਦੇ ਬੱਚੇ ਜ਼ਰੂਰ ਲੈਂਦਾ ਸ਼ੌਂਕ ਆ ਠੀਕ ਆ ਤੇ ਆਹ ਜਿਹੜੀ ਦੋਸਤੋ ਤੁਸੀਂ ਮੱਝ ਦੇਖ ਰਹੇ ਹੋ ਤੀਜਾ ਸੂਆ 8 ਦਿਨਾਂ ਦੀ ਸੂਈ ਆ ਠੀਕ ਆ ਮਗਰ ਕੱਟਾ ਸਿਕੰਦਰ ਲਕਸ਼ਮੀ ਡੇਰੀ ਫਾਰਮ ਦਾ ਬੋਲਾ ਤਿਆਰ ਕੱਚਾ ਦੁੱਧ ਜਿਹਨੂੰ ਆਪਾਂ ਕਹਿ ਸਕਦੇ ਆ ਅੱਛਾ ਜੀ ਹੁਣ ਕਿੰਨਾ ਤਿਆਰ ਹੈ ਜੀ 9-10 ਲੀਟਰ ਹੋਊਗਾ ਜੀ 9-10 ਲੀਟਰ ਤੇ ਚਵਾਈ ਚਵੀ ਸੋਹਣੀ ਨਿਕਲੀ ਜੀ ਚਵਾਈ ਐ ਪੋਲੀ ਜਿਹਨੂੰ ਨਹੀਂ ਜਾਜ ਉਹ ਵੀ ਚੋ ਸਕਦਾ ਇੰਨੀ ਧਾਰ ਪੋਲੀ ਇਹਦੀ ਠੀਕ ਆ ਜੀ ਹਾਂਜੀ ਠੀਕ ਆ ਤੇ ਚਵਾਈ ਜਿਹੜੀ ਦੋਸਤੋ ਵੀਰ ਦਾ ਕਹਿਣ ਦਾ ਮਤਲਬ ਵੀ ਇੱਕ ਨੰਬਰ ਚਵਾਈ ਆ ਚਾਹੇ ਕੋਈ ਭੈਣ ਚਵਾਈ ਕਰ ਲੇ ਵੀਰ ਚਵਾਈ ਕਰ ਲੇ ਬਿਗਨਰ ਬੰਦਾ ਜਿਹੜਾ ਘੱਟੋ ਘੱਟ ਵੀ ਘਰ ਰੱਖਣ ਵਾਲੀ ਆ ਜੀ ਬਹੁਤ ਪੋਲੀ ਆ ਠੀਕ ਆ ਵੀਰ ਚਵਾਈ ਨੂੰ ਵੀ ਜਿਹਨੂੰ ਇੱਕ ਸਟਾਰਟਿੰਗ ਜਾਂ ਚਵਾਈ ਨਹੀਂ ਆਉਂਦੀ ਕਿ ਉਹ ਵੀ ਥੱਲੇ ਬਹਿ ਕੇ ਤੁਸੀਂ ਈਜ਼ੀਲੀ ਚਵਾਈ ਕਰ ਸਕਦੇ ਜੇ ਸਿੰਘ ਸੁੰਗ ਵੀ ਐ ਨਿੱਕਾ ਠੰਡੀ ਧੀਰੀ ਪੂਰੀ ਆ ਠੀਕ ਆ ਆਹ ਦੇਖੋ ਆਹ ਦੇਖੋ ਜੀ ਸਿੰਘਾ ਸੁੰਗਾ ਦੇ ਮੰਤਰ ਬਹੁਤ ਸੋਹਣੀ ਆ ਠੀਕ ਆ ਕੱਦ ਦੇ ਨਾਲ ਜੇਕਰ ਆਪਾਂ ਦੋਸਤੋ ਗੱਲ ਕਰੀਏ ਤੇ ਥੋੜਾ ਜਿਹਾ ਖੁੱਲਾ ਸਿੰਘ ਜਿਹੜਾ ਉਹ ਵੀ ਜੱਚਦਾ ਪਰ ਇਹ ਸਿੰਘ ਦੀ ਮੰਤਰ ਜਿਹੜੀ ਬਿਲਕੁਲ ਛੋਟੀ ਆ ਠੀਕ ਆ ਤੇ ਹਾਈਟ ਕੱਦ ਬਹੁਤ ਸੋਹਣਾ ਵੱਡੇ ਪੱਲੇ ਦੀ ਮੱਝ ਆ ਦੋਸਤੋ ਡਬਲ ਆ ਪੂਰੀ ਠੀਕ ਆ ਤੇ ਬਿਲਕੁਲ ਹਜੇ ਮੈਲਿਓਂ ਚੱਲਣਾ ਦੋਸਤੋ ਪਸ਼ੂ ਨੇ ਵੀ 9-10-9 ਦੇ ਦਰਮਿਆਨ ਅੱਜ ਹੀ ਚੱਲਦੀ ਪਈ ਆ ਤੇ ਮੈਲਿਓਂ ਚੱਲਣਾ ਸਟਾਰਟ ਹੋਣਾ ਤੇ ਇਸ ਕਰਕੇ ਉਮੀਦ ਚੰਗੀ ਆ ਠੀਕ ਆ 10ੋਂ ਬਾਹਰ ਵੈਸੇ ਦੁੱਧ ਰਮਾਨ ਨਾਲ ਪਾਉਣਾ ਚਾਹੀਦਾ ਐਡੀ ਮੱਝ ਨੂੰ ਦੁੱਧ 12-13 ਲੀਟਰ ਪਾ ਦੂਗੀ ਜੀ ਹਾਂ ਬਿਲਕੁਲ ਚੰਗੀ ਸੇਵਾ ਤੇ ਦੋਸਤੋ ਵੈਸੇ 10 ਤੋਂ ਬਾਹਰ ਜਿੰਨਾ ਵੀ ਦੁੱਧ ਤੁਸੀਂ ਲੈ ਸਕਦੇ ਜੇ ਉਮੀਦ ਇਸ ਮੱਝ ਤੋਂ ਕੀਤੀ ਜਾਂਦੀ ਆ ਵੱਡੇ ਕੱਦਗੜ ਦੀ ਪਤਲੇ ਪਿੰਡੇ ਦੀ ਆ ਬਿਲਕੁਲ ਐਨ ਆਪਾਂ ਕਹਿ ਲਈਏ ਨਾ ਜਿਵੇਂ ਕਾਗਜ਼ ਵਰਗੀ ਪਤਲੀ ਸਕੇ ਨਾ ਬਿਲਕੁਲ ਆਹ ਦੇਖੋ ਜੀ ਠੀਕ ਆ ਚਵਾ ਪਸਮਾ ਜਿਹੜਾ ਦੋਸਤੋ ਇੱਕ ਨੰਬਰ ਆ ਘਰੇਲੂ ਪਸ਼ੂ ਆ ਬਹੁਤੇ ਵੀਰ ਤੁਸੀਂ ਆਉਂਦੇ ਹੋ ਵੀ ਘਰ ਦੇ ਵਿੱਚੋਂ ਪਸ਼ੂ ਖਰੀਦਣਾ ਤੇ ਤੁਸੀਂ ਜ਼ਰੂਰ ਜਿਹੜੀ ਗੱਲਬਾਤ ਵੀਰ ਦੇ ਨਾਲ ਕਰ ਲਿਓ ਠੀਕ ਆ ਅਤੇ ਜੋ ਦੱਸਿਆ ਗਿਆ ਵੈਰੀਫਾਈ ਕਰ ਲਿਓ ਦੋ ਡੰਗ ਚੋਲਿਓ ਚਾਰ ਟਾਈਮ ਚੋਲਿਓ ਉਹ ਆਪਾਂ ਹਰ ਵਾਰੀ ਕਹਿੰਦੇ ਹਾਂ ਹਰ ਇੱਕ ਭੈਣ ਭਰਾਵਾਂ ਨੂੰ ਸੱਜਣਾ ਨੂੰ ਜਿਨ੍ਹਾਂ ਨੇ ਖਰੀਦਦਾਰਾਂ ਨੇ ਖਰੀਦਣੀ ਹੁੰਦੀ ਚੀਜ਼ ਬਾਕੀ ਆਹ ਵੇਖੋ ਵਿੱਥੀ ਬੁੱਥੀ ਹਰ ਪਾਸੇ ਠੀਕ ਹੈ ਜੀ ਵੀ ਚਵਾ ਪਸਮਾ ਦੇ ਵਿੱਚ ਕਿਸੇ ਪਸ਼ੂ ਦਾ ਕੋਈ ਲਾਂਭੇ ਵਾਲਾ ਕੰਮ ਨਹੀਂ ਗਾ ਤਸੱਲੀ ਬਖਸ਼ਿਆ ਆਪਦੀ ਤਸੱਲੀ ਤੁਸੀਂ ਵੀ ਕਰੋ ਠੀਕ ਆ ਆਹ ਦੇਖੋ ਠੀਕ ਆ ਮਗਰ ਬੱਚਾ
ਜਿੰਨਾ ਚਿਰ ਪਸ਼ਮ ਨਹੀਂ ਹੋਣਾ ਚਿਰ ਇੱਧਰ ਆਪਾਂ ਮੱਝ ਵਿਖਾ ਦਈਏ ਵੇਖੋ ਨਸਲ ਜ਼ਿਆਦਾ ਵਿਖਾ ਦਈਏ ਵੀ ਚੰਗੇ ਪਸ਼ੂ ਰੱਖੀ ਦੇ ਕਿ ਦੋਸਤੋ ਬਿਲਕੁਲ ਬੱਚਾ ਛੱਡ ਦਿੱਤਾ ਕੁਝ ਧਾਰਾਂ ਮਾਰ ਕੇ ਆਪਾਂ ਤੁਹਾਨੂੰ ਚੈੱਕ ਪਾਸ ਕਰਾ ਦਾਂਗੇ 8 8 10 10 ਧਾਰਾਂ ਮਾਰ ਕੇ ਆ ਵੀ ਜਿਹੜੇ ਸਾਰੇ ਪਸ਼ੂ ਚੰਗੇ ਨਸਲ ਬ੍ਰੀਡ ਦੇ ਵਿੱਚ ਵੀਰ ਹੋਣਾਂ ਦੇ ਕੋਲ ਦੋ ਪਸ਼ੂ ਆ ਇਹ ਝੋਟੀ ਕਿਹੜੇ ਵਸੀਮਨ ਦੀ ਇਹ ਲਿਆਂਦੀ ਆ ਜੀ ਆਪਾਂ ਅੱਛਾ ਹਾਂਜੀ ਇਹ ਹਰਿਆਣੇ ਉਹ ਬੰਦਾ ਲਿਆਉਂਦਾ ਤੇ ਕੋਈ ਲਿਆਂਦੀ 1.25 ਲੱਖ ਦੀ ਪਿਛਲੇ ਸੂਏ ਕੀ ਰਿਕਾਰਡ ਰਿਹਾ ਇਹਦਾ ਵੀਰ ਕਰਮਜੀਤ ਦੁੱਧ ਇਹਨੇ 13-14 ਲੀਟਰ ਕੱਢਿਆ ਪਹਿਲੇ ਸੂਏ ਪਹਿਲਣ ਨੇ ਹਾਂਜੀ ਹੁਣ ਦੂਜੇ ਸੂਏ ਲਈ ਗੱਭਣ ਦੂਜੇ ਸੂਏ ਲਈ ਸੂਣ ਵਾਲੀ ਆ ਬਸ 5-7 ਦਿਨ ਰਹਿੰਦੇ ਆ 5-7 ਬਣੂ ਪੂਰਾ ਕਮਾਲ ਫਿਰ ਹਾਂਜੀ ਆਵੇ ਕੁਆਡਰ ਰੂਡਰ ਵੇਖੋ ਹਰਿਆਣੇ ਤੋਂ ਦੋਸਤੋ ਆਈ ਸੀ ਠੀਕ ਆ ਕੋਈ 15-14 ਲੀਟਰ ਪਹਿਲਣ ਨੇ ਜਿਹੜੀ ਚਵਾਈ ਕਰਵਾਈ ਆ ਹਾਂਜੀ ਸੈਕੰਡ ਟਾਈਮਰ ਦੂਜਾ ਸੂਆ ਹੁਣ ਸੂਣ ਜਾ ਰਹੀ ਆ ਕੱਦ ਵੇਖੋ ਇਹਦਾ ਤੇ ਹਾਈਟ ਕੱਦ ਵੇਖੋ ਬਿਲਕੁਲ ਵੀਰ ਦੇ ਆਪ ਦੇ ਬਰਾਬਰ ਹੀ ਆ ਮੋਢੇ ਦੇ ਬਰਾਬਰ ਮੋਢੇ ਨਾਲ ਬਿਲਕੁਲ ਟੱਚ ਬਿਲਕੁਲ ਪੁੱਠਾ ਸ਼ੋਲਡਰ ਆ ਜਿਹੜਾ ਦੋਸਤੋ ਟੱਚ ਕਰਦਾ ਪਿਆ ਹਾਈਟ ਕੱਦ ਫੁੱਲ ਐਕਸਟਰਾ ਆਰਡੀਨਰੀ ਫੁੱਲ ਵੱਡੀ ਹਾਈਟ ਦੇ ਵਿੱਚ ਇਹ ਹਰਿਆਣੇ ਤੋਂ ਬ੍ਰੀਡ ਆਈ ਸੀ ਠੀਕ ਹੈ ਇਹ 4 ਦੰਦ ਸੀ ਮੂੰਹ ਹੁਣ 6 ਦੰਦ ਆ ਦੂਜੇ ਸੂਏ ਇਹਦਾ ਫਿਰ ਸੇਲ ਕਰਨ ਦਾ ਬਾਈ ਕਰਮਜੀਤ ਪ੍ਰੋਗਰਾਮ ਨਹੀਂ ਇਹ ਤੇ ਸ਼ੌਂਕ ਨਾਲ ਵਿਖਾਈ ਹੈ ਵੈਸੇ ਅੱਛਾ ਜੀ ਸ਼ੌਂਕੀਆ ਤੌਰ ਤੇ ਦੋਸਤੋ ਇੱਕ ਉਹ ਵੀ ਹੋਰਾਂ ਦਾ ਵੀ ਵੀਰ ਨੇ ਦਿਖਾਈ ਆ ਵੀ ਤੁਹਾਨੂੰ ਦਿਖਾਉਣ ਦੇ ਕਰਕੇ ਵੈਸੇ ਇਹਦੇ ਬਾਰੇ ਕੋਈ ਵੀਰ ਕਾਲ ਨਾ ਕਰੇ ਠੀਕ ਆ ਇੱਕ ਪਰਲੀ ਆ ਗਈ ਝੋਟੀ ਹੈ ਨਾ ਹਾਂਜੀ ਪਰਲੀ ਆ ਠੀਕ ਆ ਦੋਵੇਂ ਪਸ਼ੂ ਆ ਦੋਸਤੋ ਵੱਡੀਆਂ ਮੱਝਾਂ ਝੋਟੀਆਂ ਇਹ ਵੀ ਹੈਗੀਆਂ ਨੇ ਫਿਲਹਾਲ ਜਿਹੜੇ ਇਹ 3 ਪਸ਼ੂ ਵਿਕਰੀ ਦੇ ਲਈ ਅੱਜ ਅਵੇਲੇਬਲ ਨੇ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਨੇ ਜਾਂ ਜਿਨ੍ਹਾਂ ਦੀ ਜਾਣਕਾਰੀ ਦਿੱਤੀ ਆ ਇਹ 3 ਨੇ ਵਿਕਾਊ ਆ ਇਹਨਾਂ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਠੀਕ ਆ ਤੇ ਆਸ ਮੱਝ ਦੀਆਂ ਦੋਸਤੋ ਜਿਹੜੀ ਤੀਜੇ ਸੂਏ ਸੂਈ ਆ ਇਹਦੀਆਂ ਧਾਰਾਂ ਮਾਰ ਕੇ ਬਿਲਕੁਲ ਪਸਮਾ ਹੋ ਗਿਆ ਸਟਾਰਟ ਤੇ ਤੋੜੀਆਂ ਜਿਹੜੀਆਂ ਧਾਰਾਂ ਮਾਰ ਕੇ ਆਪਾਂ ਤਸੱਲੀ ਕਰਵਾ ਦਿੰਦੇ ਆ ਠੀਕ ਆ ਤਾਂ ਜੋ ਦੋਸਤੋ ਤੁਸੀਂ ਸੌਦਾ ਕਰ ਸਕੋ ਬਾਅਦ ਵਿੱਚ ਕਿਸੇ ਵੀਰ ਨੇ ਜੇਕਰ ਆਨਲਾਈਨ ਸੌਦਾ ਕਰਨਾ ਤੇ ਆ ਲਓ ਆ ਲਓ ਜੀ ਠੀਕ ਹੈ ਜੀ ਆ ਮਗਰਲੇ ਥਾਂ ਦੇਖਿਆ ਜੀ ਐ ਪੋਲੀ ਤਾਰ ਪੋਲੀ ਜੇ ਨੱਪ ਦੇ ਨਾਲ ਹੀ ਵੇਖੋ ਐ ਨਿਕਲਦੀ ਤਾਰ ਪੋਲੀ ਆ ਦੋਸਤੋ ਬਿਲਕੁਲ ਰੂਮ ਵਰਗੀ ਪੋਲੀ ਆ ਤੇ ਮੋਟੀ ਤਾਰ ਆ ਉਂਗਲ ਉਂਗਲ ਜਿੱਡੀ ਆ ਦੇਖੋ ਠੀਕ ਆ ਸੋ ਜਿੱਦਾਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਇੱਕ ਜਿਹੜਾ ਬਿਗਨਰ ਬੰਦਾ ਜਿਹਨੇ ਸਟਾਰਟਿੰਗ ਕਰਨੀ ਆ ਚਵਾਈ ਨਹੀਂ ਸਿੱਖੀ ਗੀ ਉਹ ਵੀ ਚਵਾਈ ਇਹੋ ਜਿਹੇ ਪਸ਼ੂ ਤੋਂ ਸਿੱਖ ਸਕਦਾ ਵੀ ਉਹ ਗੱਲਬਾਤ ਆ ਠੀਕ ਆ ਤੇ ਠੀਕ ਆ ਵੀਰ ਠੀਕ ਆ ਅੱਛਾ ਕਰਮਜੀਤ ਵੀਰ ਇਹਦਾ ਮੁੱਲ ਕੀ ਰਹੂਗਾ ਹਾਂ ਨਾ ਵੀ ਕਿੱਥੋਂ ਤੱਕ ਲੈਣ ਦੇਣ ਮੁੱਲ ਇਹਦਾ 85,000 ਕਰਦੇ ਜੀ ਤੇ 82 ਦੀ ਦੇ ਦਿਆਂਗੇ ਅੱਛਾ 82 ਦੀ ਹਾਂਜੀ ਹੋਰ ਵੀ ਕਰ ਦਿਓ ਯਾਰ ਉਹ ਚ ਕੋਈ ਨਹੀਂ ਥੋੜਾ ਬਹੁਤਾ ਮਾਨਦਾਨ ਕਰ ਦਾਂਗੇ ਹੋਰ 2000 ਛੱਡ ਦਾਂਗੇ 80 ਦੀ ਦੇ ਦਿਆਂਗੇ 80 ਦੀ ਵੀਰਾਂ ਦਾ ਦੇ ਦਿਆਂਗੇ ਹਾਈਟ ਕੱਦ ਦੋਸਤੋ ਪੂਰਾ ਵੱਡਾ 12 ਲੀਟਰ ਚੰਗੀ ਸੇਵਾ ਤੇ ਮੈਂ ਕਹਿ ਰਿਹਾ ਨਾਰਮਲ ਤੇ ਤਾਂ 10-11 ਲੀਟਰ ਵੀ ਚੋ ਸਕਦੇ ਜੇ ਚੰਗੀ ਤੇ 12-13 ਲੀਟਰ ਤੱਕ ਵੀ ਤੁਸੀਂ ਚੋ ਸਕਦੇ ਜੇ 12-12 ਲੀਟਰ ਤੱਕ ਐ ਪਤਲੀ ਚਮੜੀ ਦੀ ਆ ਜੀ ਬਿਲਕੁਲ ਬਰੀਕ ਤੇ ਪਤਲੀ ਸਕਿਨ ਆ ਵੇਖੋ ਠੀਕ ਹੈ ਜੀ ਐਨ ਕਾਗਜ਼ ਵਰਗੀ ਆਪਾਂ ਕਹਿ ਲਈਏ ਬਿਲਕੁਲ ਤੇ ਕਰਮਜੀਤ ਵੀਰ ਬੋਲ ਗਿਆ ਨੰਬਰ ਆਪਣੇ ਨੰਬਰ ਆਪਣਾ ਜੀ 9141 ਹਾਂਜੀ 075501 ਠੀਕ ਹੈ ਜੀ ਹਾਂਜੀ ਤੇ ਨਾਮ ਆਪਣਾ ਕਰਮਜੀਤ ਸਿੰਘ ਨਾਮ ਕਰਮਜੀਤ ਸਿੰਘ ਠੀਕ ਹੈ ਜੀ ਪਿੰਡ ਕੋਟਲੀ ਸਰੂਖਾ ਬਿਲਕੁਲ ਜ਼ਿਲ੍ਹਾ ਤਨਤਨ ਤਹਿਸੀਲ ਖਡੂਰ ਸਾਹਿਬ ਬਿਲਕੁਲ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਕਰਮਜੀਤ ਸਿੰਘ ਪਿੰਡ ਕੋਟਲੀ ਸਰੂਖਾ ਤੁਸੀਂ ਖਾਸ ਵਿਜ਼ਿਟ ਕਰ ਲਿਓ ਬਿਲਕੁਲ ਨਾਗੋਗੇ ਦੇ ਲਾਗੇ ਆ ਐਡਰੈਸ ਤੁਹਾਨੂੰ ਮਿਲ ਗਿਆ ਜਿਹੜੇ ਪਾਸਿਓਂ ਮਰਜ਼ੀ ਆ ਸਕਦੇ ਖਲਚੀਆਂ ਵਾਲੇ ਪਾਸਿਓਂ ਆ ਸਕਦੇ ਜੇ ਰਈਏ ਵਾਲੇ ਪਾਸਿਓਂ ਆ ਸਕਦੇ ਜੇ ਜੰਡਿਆਲੇ ਗੁਰੂ ਤੋਂ ਆ ਸਕਦੇ ਜੇਕਰ ਕੋਈ ਵੀਰ ਨੇ ਢੋਟੀਆਂ ਵਾਲੀ ਸਾਈਡ ਤੋਂ ਆਉਣਾ ਵਹੀਂ ਪੂਈਂ ਤੋਂ ਆ ਸਕਦੇ ਜੇ ਖੰਡੂਰ ਸਾਹਿਬ ਤੋਂ ਤੁਸੀਂ ਜਿਹੜੀ ਦੋਸਤੋ ਵਿਜ਼ਿਟ ਨਾਗੋ ਕੇ ਹਰ ਪਾਸਿਓਂ ਤੁਸੀਂ ਵਿਜ਼ਿਟ ਕਰ ਸਕਦੇ ਜੇ ਪਿੰਡ ਕੋਟ ਦੀ ਸਰੂਖਾਂ ਦੀ ਲੋਕੇਸ਼ਨ ਲਾ ਕੇ ਘਰ ਦਾ ਮਾਲ ਆ ਬਿਲਕੁਲ ਸਾਰਾ ਕਮਾਲ ਆ ਦੋਸਤੋ ਅਤੇ ਬਾਕੀ ਕੰਟੈਕਟ ਵੀਰ ਦੇ ਬਿਲਕੁਲ ਥੱਲੇ ਚੱਲਦੇ ਪਏ ਨੇ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ